जैन साथियों, भारतीय जनता पार्टी देश में आरक्षण को खत्म करना चाहती है। पूरे लोकसभा के चुनाव के दौरान हम लोगों ने एक एक रैलियों में, सभाओं में देश की जनता को जागरूक किया और यही कारण था कि बीजेपी 240 पे रुक। ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ। ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਅਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫ੍ਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ 'ਚ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਗਈ 400 ਤੋਂ ਛੋੜੀਏ, ਅਗਰ 300 ਵੀ ਆ ਜਾਤਾ ਤੋ ਆਜ ਭਾਰਤ ਕਾ ਸੰਵਿਧਾਨ ਖਤਮ ਕਰਨੇ ਕੀ ਪ੍ਰਕਿਰਿਆ ਸ਼ੁਰੂ ਹੋ ਜਾਤੀ, ਆਰਕਸ਼ਣ ਖਤਮ ਕਰਨੇ ਕੀ ਪ੍ਰਕਿਰਿਆ ਪੂਰੀ ਤਰੀਕੇ ਸੇ ਸ਼ੁਰੂ ਹੋ ਜਾਤੀ। ਆਪਨੇ ਇਨਕੋ 240 ਪਰ ਰੋਕਾ, ਲੇਕਿਨ ਬੀਜੇਪੀ ਆਪਣੀ ਹਰਕਤੋਂ ਸੇ ਬਾਜ ਨਹੀਂ ਆ ਰਹੀ। ਇਨਕਾ ਏਕਮਾਤਰ ਮਕਸਦ ਹੈ ਆਰਕਸ਼ਣ ਕੋ ਖਤਮ ਕਰਨਾ, ਸਫਾਈ ਕਰਮੀਓ ਕਾ ਆਰਕਸ਼ਣ ਆਊਟਸੋਰਸਿੰਗ ਕਰਕੇ ਖਤਮ ਕਰ ਦਿਆ, ਸਿਕਿਉਰਿਟੀ ਗਾਰਡਸ ਕੀ ਨੌਕਰੀ ਅਲੱਗ ਅਲੱਗ ਜਗ੍ਹਾ ਪੇ ਆਊਟਸੋਰਸ ਕਰਕੇ ਸਰਕਾਰੀ ਜੋ ਨੌਕਰੀਆਂ ਮਿਲਤੀ ਥੀ ਖਤਮ ਕਰ ਦਿਆ, ਚਪਰਾਸੀ ਕੀ ਨੌਕਰੀ, ਕਲਾਸ 3 ਕੀ ਨੌਕਰੀ, ਕਲਾਸ 4 ਕੀ ਨੌਕਰੀ ਸਰਕਾਰੀ ਵਿਭਾਗੋਂ ਮੇਂ ਆਊਟਸੋਰਸਿੰਗ ਕੇ ਨਾਮ ਪੇ ਖਤਮ ਕਰ ਦਿਆ। ਏਕ ਸਬਸੇ ਬੜੀ ਨੌਕਰੀ ਥੀ ਜਿਸਮੇਂ ਦਲਿਤੋਂ ਕੀ, ਪਿਛੜੋਂ ਕੀ, ਆਦਿਵਾਸੀਓਂ ਕੀ ਭਾਗੀਦਾਰੀ ਹੋਤੀ ਥੀ, ਉਸਮੇਂ ਆਰਕਸ਼ਣ ਖਤਮ ਕਰ ਦਿਆ। ਆਈਏਐਸ ਕਾ ਆਰਕਸ਼ਣ ਖਤਮ, ਲੈਟਰਲ ਇੰਟਰੀ ਕੇ ਜ਼ਰੀਏ ਸੀਧੇ ਆਈਏਐਸ ਬਣਾਏ ਜਾਏਂਗੇ, ਯੇ ਮੋਦੀ ਕਾ ਮਕਸਦ ਹੈ। ਅਬ ਤੱਕ 63 ਆਈਏਐਸ ਲੈਟਰਲ ਇੰਟਰੀ ਕੇ ਜ਼ਰੀਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਣਾਏ ਹੈ, ਯੇ ਗੁਨਾਹ ਕੀਆ ਹੈ ਭਾਰਤ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਔਰ ਉਨਕੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ। ਬੀਜੇਪੀ ਬੇਨਕਾਬ ਹੋ ਚੁੱਕੀ ਹੈ, 63 ਆਈਏਐਸ ਬਗੈਰ ਆਰਕਸ਼ਣ ਕੇ ਭਰਤੀ ਕੀਏ ਗਏ, ਕਿਸ ਆਧਾਰ ਪੇ ਭਰਤੀ ਕੀਏ ਗਏ, ਅਭੀ 45 ਆਈਏਐਸ ਕੀ ਭਰਤੀ ਔਰ ਕਰਨੇ ਕੇ ਲੀਏ ਲੈਟਰਲ ਐਂਟਰੀ ਕੇ ਜ਼ਰੀਏ ਕਰਨੇ ਕੇ ਲੀਏ ਪਿਛਲੇ ਦਰਵਾਜੇ ਸੇ ਕਰਨੇ ਕੇ ਲੀਏ ਇਨ੍ਹੋਂਨੇ ਵਿਗਿਆਪਨ ਨਿਕਾਲਾ, ਕਿਸ ਆਧਾਰ ਪੇ ਆਪਨੇ ਨਿਕਾਲਾ? ਆਪ ਬਾਬਾ ਸਾਹਿਬ ਕੇ ਸੰਵਿਧਾਨ ਕੋ ਨਹੀਂ ਮਾਨਤੇ? ਆਪ ਭਾਰਤ ਕੀ ਆਰਕਸ਼ਣ ਵਿਵਸਥਾ ਕੋ ਨਹੀਂ ਮਾਨਤੇ? ਆਪ ਦੇਸ਼ ਮੇਂ ਆਰਕਸ਼ਣ ਕੋ ਖਤਮ ਕਰਨਾ ਚਾਹਤੇ ਹੈਂ, ਦਲਿਤੋਂ, ਪਿਛੜੋਂ, ਆਦਿਵਾਸੀਓਂ, ਅਲਪਸੰਖਿਅਕੋਂ ਕਾ ਹੱਕ ਛੀਨਣਾ ਚਾਹਤੇ ਹੈਂ? ਤੋ ਇਸ ਲਈ ਜ਼ਰੂਰੀ ਹੈ ਜਾਗਨਾ, ਦੇਸ਼ ਕੋ ਜਗਾਨਾ। ਆਜ ਮਜਬੂਰੀ ਮੇਂ ਆਪ ਸਭ ਨੇ ਇਤਨਾ ਹੱਲਾ ਮਚਾਇਆ ਤੋ ਮਜਬੂਰੀ ਮੇਂ ਅਭੀ ਇਹ ਪਤਾ ਚੱਲ ਰਿਹਾ ਹੈ ਕਿ ਫੌਰੀ ਤੌਰ ਪੇ ਲੈਟਰਲ ਐਂਟਰੀ ਕਰਨੇ ਕਾ ਆਦੇਸ਼ ਰੱਦ ਕੀਆ ਜਾ ਰਿਹਾ ਹੈ, ਲੇਕਿਨ ਸਾਵਧਾਨ ਰਹੀਏਗਾ, ਮਕਸਦ ਹੈ ਆਰਕਸ਼ਣ ਕੋ ਖਤਮ ਕਰਨਾ। ਔਰ ਇੱਕ ਚੀਜ਼ ਕਾ ਹਿਸਾਬ ਮਾਂਗੀਏਗਾ, 69,000 ਸਿਕਸ਼ਕ ਭਰਤੀ ਮੇਂ ਕਿਆ ਹੁਆ ਉੱਤਰ ਪ੍ਰਦੇਸ਼ ਮੇਂ, 18,000 ਸੇ 20,000 ਪਿਛੜੇ ਵਰਗ ਕੇ ਲੋਕੋਂ ਕੀ ਨੌਕਰੀ ਮਾਰੀ ਗਈ, ਜਿਸਮੇਂ ਅਬ ਰਾਹਤ ਮਿਲੀ ਕੋਰਟ ਸੇ। ਕਿਆ ਹੁਆ ਵਿਸ਼ਵਵਿਦਿਆਲਯੋਂ ਕੇ ਮਾਮਲੇ ਮੇਂ, ਦੇਸ਼ ਕੇ 40 ਕੇਂਦਰੀ ਵਿਸ਼ਵਵਿਦਿਆਲਯੋਂ ਮੇਂ 80% 90% SC ST OBC ਕੇ ਔਰ ਯਹਾਂ ਤੱਕ ਕਿ ਫਿਜ਼ੀਕਲੀ ਹੈਂਡੀਕੈਪਡ ਲੋਕੋਂ ਕੇ ਆਰਕਸ਼ਣ ਕੇ ਹੱਕ ਮਾਰੇ ਗਏ ਹੈ, ਉਹ ਪਦ ਖਾਲੀ ਪੜੇ ਹੋਏ ਹੈਂ। ਤੋ ਇਸ ਲਈ ਜਾਗੀਏ, ਲੋਕੋਂ ਕੋ ਜਗਾਈਏ, ਭਾਜਪਾ ਸੇ ਦੇਸ਼ ਕੋ ਮੁਕਤ ਕਰਾਈਏ। ਜਬ ਤੱਕ ਬੀਜੇਪੀ ਰਹੇਗੀ ਆਰਕਸ਼ਣ ਔਰ ਸੰਵਿਧਾਨ ਖਤਮ ਕਰਨੇ ਕਾ ਖਤਰਾ ਬਰਕਰਾਰ ਰਹੇਗਾ।
देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।